ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪਲੋਰੀ ਨਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਕੱਚੇ ਪਿਓ ਦੀ ਸੁਰਤ ਨਹੀਂ ਹੈਗੀ, ਤੁਹਾਨੂੰ ਪੱਕੇ ਪਿਓ ਦੀ ਸੁਰਤ ਨਹੀਂ ਹੋਈ। ਸੁਰਤੀ ਵਿੱਚ ਸੁਰਤ ਕਮਾਈ, ਪਹਿਲਾਂ ਐਸ ਦੀ ਸੁਰਤੀ ਲਵੋ, ਫਿਰ ਪਾਰ ਬ੍ਰਹਮ ਦੀ ਸੁਰਤੀ ਮਿਲੇਗੀ, ਪਹਿਲਾਂ ਬ੍ਰਹਮਾ ਦੀ ਫਿਰ ਪਾਰ ਬ੍ਰਹਮ ਦੀ। ਅਤੇ ਇੱਥੇ ਮੈਂ ਕਰ ਰਿਹਾ ਇਹ ਜਿਹੜੀ ਬਾਣੀ ਹੈਗੀ, ਇਹ ਧੁਰ ਕੀ ਬਾਣੀ ਹੈਗੀ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰ ਤੁਰ ਕੇਲਾ। ਇਹ ਪਵਨ ਦੀ ਆਰੰਭ ਹੈਗੀ, ਇਹ ਕਿਤਾਬਾਂ 'ਚ ਲਿਖੀ ਨਹੀਂ ਜਾ ਸਕਦੀ। ਜਿਹੜੀ ਲਿਖਤ ਹੈਗੀ ਕੋਈ ਵੀ, ਉਹ ਲਿਖਾਰੀ ਜਿਹੜੇ ਨੇ ਜੇ ਮਨਮੁੱਖ ਹੋਣ ਉਹ ਬਦਲ ਦਿੰਦੇ ਨੇ। ਜਿੱਦਾਂ ਕਿ ਇਹ ਬੀੜਾਂ ਹੈਗੀਆਂ ਜਿਹੜੀਆਂ ਅੱਜ ਕੱਲ੍ਹ ਚੱਲ ਰਹੀਆਂ ਨੇ, ਕਈ ਇਹਨਾਂ ਨੇ ਕੱਢ ਦਿੱਤੀਆਂ ਵਿੱਚੋਂ, ਕੋਈ ਉੱਧਰ ਪਾ ਦਿੱਤੀ ਹੇਰਾ ਫੇਰੀ, ਇੱਧਰ ਪਾ ਦਿੱਤੀ। ਅਤੇ ਲੋਕ ਜਿਹੜੇ ਹੈਗੇ ਨੇ ਉਹ ਖਰੀਦਦੇ ਵੀ ਉਸ ਬੀੜ 'ਚ ਕੀ ਲਿਖਿਆ ਹੈਗਾ, ਜਿਹਦਾ ਜਨਮ ਸਾਖੀਆਂ ਹੈਗੀਆਂ ਨੇ। ਇਹ ਸਾਰੀਆਂ ਖੱਤਰੀਆਂ ਨੇ ਦੁਕਾਨਾਂ ਚਲਾਈਆਂ ਹੋਈਆਂ ਨੇ, ਪੈਸੇ ਦੀ ਖਾਤਰ ਵਿਗਾੜਦੇ ਨੇ ਹਰ ਇੱਕ ਚੀਜ਼, ਅਤੇ ਬਹੁਤ ਘੱਟ ਤੁਹਾਨੂੰ ਅਸਲ ਚੀਜ਼ ਮਿਲੇਗੀ। ਇਸ ਕਰਕੇ ਸਤਿਗੁਰੂ ਅਰਜਨ ਦੇਵ ਜੀ ਨੇ ਫਿਰ ਇੱਕ ਤੰਬੂ 'ਚ ਬੈਠੇ ਸੀ ਅਤੇ ਦੂਜੇ ਤੰਬੂ 'ਚ ਭਾਈ ਗੁਰਦਾਸ ਸੀ ਲਿਖਾਰੀ, ਉਹਨੂੰ ਫਿਰ ਲਿਖਵਾਈ ਸੀਗੀ। ਹਰ ਇੱਕ ਭਗਤ, ਹਰ ਇੱਕ ਸਤਿਗੁਰੂ ਖੁਦ ਹਾਜ਼ਰ ਹੋ ਕੇ ਉਹਨੇ ਲਿਖਵਾਈ ਸੀਗੀ। ਬੇਸ਼ੱਕ ਉਹ ਦੇਹ ਤੋਂ ਮਰ ਗਏ ਸੀਗੇ, ਪਰ ਉਹ ਫਿਰ ਪ੍ਰਗਟ ਹੋ ਜਾਂਦੇ ਨੇ। ਅਤੇ ਇਸ ਕਰਕੇ ਅਸੀਂ ਭਾਈ ਗੁਰਦਾਸ ਜੀ ਕਹਿੰਦੇ ਕਿ ਤੁਹਾਡੇ ਤਾਂ ਕੁਝ ਹੋਰਾਂ ਦੀ ਆਵਾਜ਼ ਆਉਂਦੀਆਂ। ਅਤੇ ਸਤਿਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਹਰ ਇੱਕ ਭਗਤ, ਹਰ ਇੱਕ ਜਿਹੜਾ ਸਤਿਗੁਰੂ ਹੈਗਾ ਉਹ ਖੁਦ ਆ ਕੇ ਇੱਥੇ ਬਾਣੀ ਲਿਖਾਉਂਦਾ ਹੈਗਾ, ਇਹ ਨਾ ਕਹਿੰਦੇ ਅਰਜਨ ਨੇ ਲਿਖਵਾਈ ਹੈਗੀ। ਅਤੇ ਇਹੋ ਜਿਹੜਾ ਬਾਈਬਲ 'ਚ ਵੀ ਲਿਖਿਆ ਹੈਗਾ, 2 ਕ੍ਰਾਂਥੀਆਂ 3 ਵਿੱਚ ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰ ਵਗੈਰਾ ਹੈਗੇ ਨੇ, ਇਹ ਮਨ ਦੇ ਅੰਨੇ ਹੈਗੇ ਨੇ। ਜਦੋਂ ਇਹਨੇ ਕੋਈ ਆਰਟੀਕਲ ਲਿਖਣਾ ਹੁੰਦਾ, ਕੁਛ ਵੀ ਛਪਾਉਣਾ ਹੁੰਦਾ ਨਾ, ਉਦੋਂ ਇਹ ਕਿਤਾਬਾਂ ਪੜ੍ਹਦੇ ਨੇ, ਫਲਾਨੀ ਕਿਤਾਬ ਵਿੱਚ ਕੀ ਲਿਖਿਆ, ਫਲਾਨੀ ਕਿਤਾਬ ਵਿੱਚ ਕੀ ਲਿਖਿਆ, ਉਹ ਲਿਖ ਕੇ ਉਹਦਾ ਫਿਰ ਸੰਬਲੀ ਕਰਕੇ ਤੁਹਾਨੂੰ ਦੱਸ ਦੇ ਦਿੰਦੇ ਨੇ, ਉਹ ਆਰਟੀਕਲ ਬਣ ਗਿਆ। ਇੱਦਾਂ ਦੇ ਆਰਟੀਕਲ ਲਿਖ ਕੇ ਉਹ ਡਿਗਰੀਆਂ ਲੈ ਲੈਂਦੇ, PhD ਦੇ ਫਲਾਨਾ। ਮੇਰੇ ਵਰਗਾ ਜਿਹੜਾ ਹੈਗਾ, ਜਿਹੜਾ ਅੰਦਰੋਂ ਸਤਿਗੁਰੂ ਤੋਂ ਲੈਂਦਾ ਹੈਗਾ ਸਿੱਖਿਆ, ਜਦੋਂ ਮੈਂ ਲਿਖਦਾ ਆਰਟੀਕਲ, ਮੈਂ ਕੋਈ ਰੈਫਰੈਂਸ ਨਹੀਂ ਦਿੰਦਾ, ਕਿਉਂ ਇਹ ਬਾਣੀ ਜਿਹੜੀ ਧੁਰ ਕੀ ਧੁਰੋਂ ਮਿਲੇਗੀ ਨਾ। ਧੁਰੋਂ ਜਿਹੜਾ ਹੈਗਾ ਉਹ ਆਹ ਹੈਗਾ ਹਰਿਮੰਦਰ, ਹਰਿਮੰਦਰ ਦੇ ਵਿੱਚ ਹਰ ਬੈਠਾ ਹੈਗਾ, ਜੋ ਹਰ ਕਹਿੰਦਾ ਉਹ ਮੈਂ ਬੋਲਦਾ, ਇਹ ਹੋ ਗਈ ਨਾ ਧੁਰ ਕੀ ਬਾਣੀ। ਇਸ ਕਰਕੇ ਜਿਹੜੀ ਹੁੰਦੀ ਗੀ ਧੁਰ ਕੀ ਬਾਣੀ, ਉਹ ਤੁਹਾਡੇ ਕੋਲੋਂ ਆਉਣੀ ਚਾਹੀਦੀ ਹੈਗੀ। ਗਿਆਨੀ ਉਹ ਜੋ ਆਪ ਵਿਚਾਰੇ, ਅਤੇ ਆਪ ਵਿਚਾਰ ਕੇ ਉਹ ਤੁਸੀਂ ਲਿਖਣਾ ਚਾਹੀਦਾ ਹੈਗਾ, ਪਹਿਲਾਂ ਸਮਝੋ ਫਿਰ ਬੋਲੋ। ਇਹ ਹੈਗਾ ਲੋਜੀਕਲ ਦਾ ਮੇਲਾ ਹੈਗਾ, ਲੋਜੀਕਲ ਰੀਜਨਿੰਗ। ਜਿਹੜਾ ਗੁਰ ਹੈਗਾ ਨਾ, ਗੁਰ ਮੈਨੂੰ ਹੁੰਦਾ ਵੀ ਆਹ ਸਵਾਲ ਕਰਨਾ, ਇਹਦਾ ਗੁਰ ਕੀ ਹੈਗਾ, ਫਾਰਮੂਲਾ ਕੀ ਹੈਗਾ। ਜੇ ਫਾਰਮੂਲੇ ਦਾ ਪਤਾ ਲੱਗ ਜਾਵੇ ਤਾਂ ਉਹ ਸਵਾਲ ਲਿਖ ਲਿਆਉਂਦਾ ਹੈਗਾ। ਬਾਣੀ ਦਾ ਜਿਹੜਾ ਗੁਰ ਹੈਗਾ ਉਹ ਹੈਗਾ ਲੋਜੀਕਲ ਰੀਜਨਿੰਗ, ਅੰਗਰੇਜ਼ੀ ਜਿਹਨੂੰ ਕਹਿੰਦੇ ਨੇ। ਅਤੇ ਇਹਦੀ ਮਿਸਾਲ ਦਿੰਦਾ ਕਿ 1984 ਦੇ ਲੋਕ ਕਹਿੰਦੇ ਜੀ ਇੰਨੇ ਸਿੱਖ ਮਰ ਗਏ ਜੀ, ਅਤੇ ਉਹ ਹੈਗਾ ਆਹ ਦੋ ਅੱਖਾਂ ਨਾਲ ਜਿਹੜਾ ਨਾ ਲੋਕ ਦੇਖਦੇ ਨੇ ਅਤੇ ਕਹਿ ਦਿੰਦੇ ਵੀ ਇੰਨੇ ਸਿੱਖ ਮਰ ਗਏ। ਜਿਹੜੀ ਮਨ ਦੀ ਤੀਜੀ ਅੱਖ ਹੈਗੀ ਪਰਖਣ ਵਾਲੀ, ਉਹ ਕਹਿੰਦੀ ਹੈਗੀ ਜੰਮਿਆ ਤਾਂ ਜੇ ਕੋਈ ਚੂਰਾ ਸੀ, ਕੋਈ ਚਬਾਰ, ਕੋਈ ਜੱਟ, ਕੋਈ ਅਰੋੜਾ, ਕੋਈ ਖੱਦਰੀ, ਅਤੇ ਮਰ ਸਿੱਖ ਕਿੱਦਾਂ ਮਰ ਗਿਆ। ਸਿੱਖ ਨਾਦੀ ਰੂਪ ਹੈਗਾ, ਸਿੱਖ ਨੂੰ ਸ਼ਿਸ਼ ਕਹੀਦਾ ਹੈਗਾ, ਸਿੱਖਣ ਵਾਲਾ। ਉਹਦੀ ਪਛਾਣ ਹੁੰਦੀ ਜਦੋਂ ਬੋਲੇਗਾ, ਇਹਨੇ ਕੋਈ ਸਿੱਖਿਆ ਕਿ ਨਹੀਂ ਸਿੱਖਿਆ।
ਉਹ ਤੁਸੀਂ ਦੇਖ ਨਹੀਂ ਸਕਦੇ। ਆਹ ਦੋ ਅੱਖਾਂ ਦੇਖਦੀਆਂ ਨੇ, ਮਨ ਦੀ ਤੀਜੀ ਅੱਖ ਜਿਹੜੀ ਉਹ ਪੇਖਦੀ ਹੈਗੀ, ਪੇਖਣਾ ਪਰਸੀਵ, ਸੀ ਪਰਸੀਵ। ਸਤਿਗੁਰੂ ਪੇਖੀ ਦਾ ਹੈਗਾ, ਦੇਖੀ ਦਾ ਨਹੀਂ ਹੈਗਾ। ਇਸੇ ਕਰਕੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ, ਨਾਨਕ ਹੋਸੀ ਵੀ ਸੱਚ, ਕਿ ਮੈਨੂੰ ਪੇਖੋ ਬਈ ਵੀ ਮੈਂ ਸੱਚ ਹੈ ਕਿ ਝੂਠ ਹੈਗਾ ਬੋਲਦਾ। ਇਸ ਕਰਕੇ ਜਿਹੜੀ ਚੀਜ਼ ਲਿਖੀ ਜਾਂਦੀ ਨਾ, ਉਹਦੇ 'ਚ ਤਬਦੀਲੀ ਹੋ ਜਾਂਦੀ ਹੈਗੀ। ਕੋਈ ਵੀ ਕਰਪਸ਼ਨ ਕਰ ਸਕਦਾ ਹੈਗਾ। ਉਹ ਮਨ ਦੇ ਅੰਨੇ ਜਿਹੜੇ ਨਾ, ਫਿਰ ਉਹ ਕਿਤਾਬਾਂ ਪੜ੍ਹਦੇ ਨੇ ਅਤੇ ਉੱਦਾਂ ਹੀ ਪਠਾਕੀ ਜਾਂਦੇ ਨੇ। ਅਤੇ ਇਹ ਸਤਿਗੁਰੂ ਅਰਜਨ ਦੇਵ ਜੀ ਨੇ ਜਦੋਂ ਲਿਖਵਾਈ ਸੀਗੀ ਅਤੇ ਭਾਈ ਬੰਨੂ ਮਾਂਗਟ ਨੂੰ ਕੀਤੀ ਸੀਗੀ, ਇਹਦੀ ਜਿਲਦ ਬਣਵਾ ਲਿਆ। ਅਤੇ ਉਹਨੇ ਜਾਂਦੀਆਂ ਜਾਂਦੀਆਂ ਨਾਲ ਸਿੱਖ ਸੀਗੇ, ਉਹਨਾਂ ਨੇ ਕਾਪੀ ਕਰ ਲਈ ਉਹਦੀ, ਕਾਪੀ ਕਰਕੇ ਤਾਂ ਦੋ ਪੇਸ਼ ਕਰ ਦਿੱਤੀ, ਆਹ ਜੀ ਤੁਹਾਡੀ ਅਸਲ ਹੈਗੀ, ਆਹ ਅਸੀਂ ਨਕਲ ਕੀਤੀ ਹੈਗੀ। ਜਿਹੜੀ ਨਕਲ ਕੀਤੀ ਸੀ ਉਹ ਤੁਰਕੀ ਨਹੀਂ ਸੀ ਬਾਣੀ, ਕਿਉਂ ਉਹ ਆਦਮੀ ਨੇ ਆਪ ਲਿਖੀ ਸੀਗੀ। ਉਹਨੂੰ ਜਿਹੜੇ ਸੱਚੇ ਸਤਿਗੁਰੂ ਸੀਗੇ ਉਹ ਨਹੀਂ ਬੋਲ ਕੇ ਉਹਨਾਂ ਨੇ ਲਿਖਵਾਈ, ਉਹਦੇ 'ਚ ਗਲਤੀ ਹੋ ਸਕਦੀ ਹੈਗੀ। ਇਸ ਕਰਕੇ ਜਿਹੜੀ ਤੁਰਕੀ ਸੀਗੀ ਨਾ, ਜਿਹੜੀ ਭਗਤਾਂ ਨੇ ਆਪ ਲਿਖਵਾਈ ਸੀਗੀ ਸਤਿਗੁਰਾਂ ਨੇ, ਉਹ ਮਿੱਠੀ ਬੀੜ। ਅਤੇ ਜਿਹੜੀ ਆਪ ਆਦਮੀ ਨੇ ਲਿਖੀ ਸੀਗੀ ਭਾਈ ਮੰਗਟ ਨੇ, ਉਹ ਖਾਰੀ ਬੀੜ। ਖਾਰੀ ਦਾ ਮਤਲਬ ਹੈਗਾ ਸੱਚੀ ਬੀੜ, ਉਹ ਸਕ੍ਰਿਪਚਰ ਵਿੱਚ ਆ ਜਾਂਦੀ ਹੈਗੀ। ਵੇਦ ਕਤੇਬ ਆਦਿ ਗ੍ਰੰਥ, ਕਹੋ ਮਤ ਝੂਠਾ, ਝੂਠਾ ਉਹ ਜੋ ਨਾ ਵਿਚਾਰੇ। ਅਤੇ ਇਹ ਜਿਹੜੀ ਸੀਗੀ ਮਿੱਠੀ ਬੀੜ ਸੀਗੀ, ਇਹ ਮੀਨੇ ਖੱਤਰੀਆਂ ਦੇ ਹੱਥ ਆ ਗਈ, ਉਹਨਾਂ ਨੇ ਤਬਦੀਲੀਆਂ ਵਿੱਚ ਕੀਤੀਆਂ। ਪਹਿਲਾਂ ਰਸੌਂਤ ਨਾਲ ਕੀਤੀਆਂ ਵਿੱਚ ਸਿਹਾਰੀ ਬਿਹਾਰੀ ਲਾ ਲੂ ਕੇ, ਫਿਰ ਉਹਨਾਂ ਨੇ ਸਫ਼ੇ ਮਿਟਾ ਦਿੱਤੇ, 200-250 ਸਫ਼ਾ ਵਿੱਚੋਂ ਕੱਢ ਦਿੱਤਾ, ਪੱਧਰਾ ਕਰ ਦਿੱਤਾ। ਅਤੇ ਜਿਹੜੀ ਨਹੀਂ ਸੀ ਸਲੋਕ, ਜਿੱਦਾਂ ਮਾਈ ਮੀਰਾ ਬਾਈ ਦੇ ਸੀਗੇ ਨਾ ਸਲੋਕ, ਮੀਰਾ ਬਾਈ ਸੀਗੀ, ਬਹਿਣ ਨਹੀਂ ਸੀਗੀ, ਮੀਰਾ ਬਾਈ ਦੇ ਸਲੋਕ ਜਿਹੜੇ ਸੀਗੇ ਉਹ ਕੱਢ ਦਿੱਤੇ ਜਾਂਦਾ। ਅਤੇ ਇਹ ਜਿਹੜੀ ਬੀੜ ਹੈਗੀ ਇਹ ਅੱਤਕਾਰੀ ਹੈਗੀ, ਜਿਹੜੀ ਅਸਲ ਬੀੜ ਸੀਗੀ ਉਹ ਜਲੰਧਰ ਆਈ ਸੀਗੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ, ਅਤੇ ਜਿਹੜੇ ਸੀ ਨਾ ਇਹ ਪ੍ਰਬੰਧਕ ਕਮੇਟੀ ਵਾਲੇ ਅੰਮ੍ਰਿਤਸਰ ਵਾਲੇ, ਉਹ ਕਹਿੰਦੇ ਇਹ ਗੁਰਦੁਆਰਾ ਸਾਡੇ ਹੱਥ 'ਚ ਆਉਣਾ ਚਾਹੀਦਾ ਹੈਗਾ, ਵੀ ਸਾਡੇ ਕਬਜ਼ੇ 'ਚ। ਉਹਨਾਂ ਨੇ ਮੁਕੱਦਮਾ ਕੀਤਾ ਸੀਗਾ, ਉਹ ਜਲੰਧਰ ਦੇ ਜਿਹੜਾ ਡਿਪਟੀ ਕਮਿਸ਼ਨਰ ਸੀ ਉਹਨੇ ਆਪਣੀ ਕੋਠੀ 'ਚ ਮੰਗਵਾ ਲਈ ਸੀਗੀ ਬੀੜ। ਉੱਥੇ ਫਿਰ ਪ੍ਰੋਫੈਸਰ ਜੋਤ ਸਿੰਘ ਅਤੇ ਟਰੰਪ ਨੇ ਇੱਕ ਸਫ਼ਾ ਕਰਕੇ ਦੇਖਿਆ ਸੀ, ਉਹਦੇ 'ਚ ਉਹਨਾਂ ਨੇ ਕਿਤਾਬ ਲਿਖੀ ਹੈਗੀ, ਜਿਹਦੇ 'ਚ ਦੱਸਿਆ ਵੀ ਇੰਨੇ ਸਫ਼ੇ ਉਹਦੇ 'ਚ ਹੈਗੇ ਨੇ ਸਾਫ਼ ਕੀਤੇ ਹੋਏ। ਕਿਤਾਬ ਕੋਈ ਹੈਗੀ 100 ਪੇਜ ਦੀ ਹੈਗੀ, ਛੋਟੀ ਮੋਟੀ ਦੀ ਹੈਗੀ, ਅਤੇ ਉਹ ਗਲਤੀਆਂ ਵਿੱਚ ਹੈਗੀਆਂ ਨੇ। ਜਿਹੜੀ ਅਸਲ ਬੀੜ ਹੈਗੀ ਅੱਜ ਉਹ ਹੈਗੀ ਜਿਹੜੀ ਜਿਹਨੂੰ ਖਾਰੀ ਬੀੜ ਕਹੀਦਾ ਆਪਾਂ। ਅਤੇ ਖੱਤਰੀ ਇੰਨੇ ਚੁਸਤ ਚਲਾਕ ਹੈਗੇ ਨੇ, ਇਹਨਾਂ ਨੇ ਇਹੋ ਹੀ ਜਿਹੜੀ ਸੀਗੀ ਮਿੱਠੀ ਬੀੜ ਜਿਹਨੂੰ ਵਿੱਚ ਹੇਰਾ ਫੇਰੀ ਕਰਕੇ ਲਿਖੇ ਅੱਤ ਖਾਰੀ ਹੈ ਬੀੜਾਂ ਨਾ, ਆਪਣੀਆਂ ਲਿਖ ਕੇ ਤਾਂ ਆਪਣੀ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਇਹ ਖਾਸ ਕਰਕੇ ਰਾਵਲ ਪਿੰਡੀ ਦੇ ਜਿਹੜੇ ਖੱਤਰੀ ਸੀ ਉਹ ਇਸ ਵਿੱਚ ਬੜੇ ਮਾਹਰ ਸੀਗੇ, ਪੂਛ ਦੇ ਅਤੇ ਰਾਵਲ ਪਿੰਡੀ। ਅਤੇ ਉਹਨਾਂ ਨੇ ਜਦੋਂ ਨਿਰਮਲੇ ਸੰਤ ਹੁੰਦੇ ਸੀਗੇ, ਫਾਦਰ ਉਹਨਾਂ ਨੂੰ ਮਿਲੇ ਸੀਗੇ, ਅਤੇ ਉਹ ਦੱਸਦੇ ਸੀ ਫਾਦਰ ਹੋਰਾਂ ਨੂੰ ਕਿ ਨਿਰਮਲ ਸੰਤ ਕਿਹੜੇ ਉਹ ਹੈਗਾ, ਅੱਜ ਜਿਹੜਾ ਸਮਾਂ ਹੈਗਾ ਇਹ ਹੈਗਾ ਬੀੜਾਂ ਦਾ ਨਹੀਂ ਹੈਗਾ, ਇਹ ਹੈਗਾ ਪਵਨ ਆਰੰਭ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਰ ਚੇਲਾ, ਇਹ ਸਮਾਂ ਹੈਗਾ। ਅਤੇ ਉਹ ਫਿਰ ਨਿਰਮਲ ਸਾਹਿਬ ਦੱਸਦੇ ਸੀ ਕਿ ਜਦੋਂ ਉਹਨਾਂ ਨੂੰ ਝਾੜਿਆ ਵੀ ਇਹ ਕੀ ਕੰਮ ਫੜਿਆ ਹੋਇਆ ਹੈਗਾ, ਘਰ ਘਰ ਇੱਥੇ ਉਹਨਾਂ ਨੇ ਬੀੜਾਂ ਰੱਖ ਲਈਆਂ,
ਤੇ ਘਰ ਘਰ ਵਿੱਚ ਗੁਰਦੁਆਰੇ ਬਣਾ ਲਏ ਤੇ ਉਹ ਲੋਕ ਆਉਣ, ਉਹ ਪੈਸੇ ਚੜਾਉਣ ਤੇ ਉਹ ਕੀਰਤਨ ਕਰਕੇ ਤਾਂ ਆਪਣੇ ਉਹਨਾਂ ਨੇ ਕਮਾਈ ਕਰ ਲੈਣੀ। ਤੇ ਜਦੋਂ ਉਹਨਾਂ ਨੇ ਕਿਹਾ ਹੈ ਕਿ ਫੜਿਆ ਕੰਮ ਤੁਸੀਂ ਵੀਰਾਂ ਬਣਾਈਆਂ ਹੋਈਆਂ ਨੇ, ਇੱਥੇ ਲਿਖ ਨਹੀਂ ਸਕਦੇ ਤੁਸੀਂ, ਕਹਿੰਦੇ ਜੀ ਕਿਸੇ ਨੇ ਖੋਤੀ ਵਾਲੀ ਤੇ ਕਿਸੇ ਨੇ ਪੋਥੀ ਵਾਲੀ, ਇੰਨੇ ਬੇਸ਼ਰਮ ਹੈਗੇ ਨੇ। ਤੇ ਅੱਜ ਵੀ ਜੇ ਤੁਸੀਂ ਉਹਨਾਂ ਖੱਤਰੀਆਂ ਨਾਲ ਕਿਤੇ ਵਾਹ ਪਾਵੇ, ਅੱਜ ਵੀ ਉਹ ਸਮਝਦੇ ਵੀ ਬਾਕੀ ਦੇ ਲੋਕ ਜਿਹੜੇ ਉੱਲੂ ਹੈਗੇ, ਬੇਵਕੂਫ ਹੈਗੇ ਨੇ, ਇਸੇ ਚਤਰ ਚਲਾਕ ਹੈਗੇ ਆ, ਉਹ ਅੱਜ ਵੀ ਲੁੱਟਣ ਨੂੰ ਤੁਹਾਨੂੰ ਪੈਂਦੇ ਨੇ। ਇਸ ਕਰਕੇ ਜਿਹੜੀ ਤੁਲਸੀ ਬਾਣੀ ਹੈਗੀ ਉਹ ਲਿਖੀ ਨਹੀਂ ਜਾਂਦੀ, ਜਿਹੜੀ ਲਿਖੀ ਹੋਈਆਂ ਨੇ ਹੁਣ ਇਹ ਬਣ ਗਿਆ ਦੁੱਧ, ਦੁੱਧ ਜਿਨ ਜਿਹਨੇ ਮਿਲਾਵਟ ਵਾਲਾ ਦੁੱਧ, ਇਹਨੂੰ ਰਿੜਕੋਗੇ ਤੇ ਮੱਖਣ ਕੱਢੋਗੇ, ਉਹ ਮੱਖਣ ਜਿਹੜਾ ਹੈਗਾ ਉਹ ਹੈਗਾ ਧੋਤੀ ਬਾਣੀ। ਤੇ ਉਹ ਇੱਦਾਂ ਹੀ ਕੱਢੋਗੇ ਜਦੋਂ ਤੁਸੀਂ ਵਿਚਾਰੋਗੇ, ਸੋਚੋਗੇ ਲੌਜੀਕਲੀ ਤਰੀਕੇ ਨਾਲ, ਗੁਰ ਨਾਲ। ਗੁਰ ਹੁੰਦਾ ਫਾਰਮੂਲਾ, ਗੁਰ ਮੈਨਾਂ ਗੁਰੂ ਨਹੀਂ ਹੈਗਾ, ਆਹ ਸਵਾਲ ਕੱਢਣਾ ਇਹਦਾ ਗੁਰ ਕੀ ਹੈਗਾ, ਜੇ ਗੁਰ ਤਰੀਕਾ ਪਤਾ, ਫਾਰਮੂਲਾ ਪਤਾ ਲਾਇਆ, ਸਵਾਲ ਨਿਕਲਿਆ ਹੁੰਦਾ ਹੈਗਾ। ਇਸ ਕਰਕੇ ਸੱਤ ਗੁਰ, ਸੱਤ ਦਾ ਗੁਰ ਹੈਗਾ ਲੌਜੀਕਲ ਰੀਜਨਿੰਗ। ਜਿੱਦਾਂ 1984 ਚ ਕਹਿੰਦੇ ਇੰਨੇ ਸਿੱਖ ਮਰ ਗਏ ਜੀ, ਸਿੱਖ ਤਾਂ ਹੈਗਾ ਨਾਦੀ ਰੂਪ, ਸੂਖਸ਼ਮ ਰੂਪ, ਇਹਨੂੰ ਤੁਸੀਂ ਹੱਥ ਨਹੀਂ ਲਾ ਸਕਦੇ। ਜਿਹੜਾ ਅਸਤੂਰ ਰੂਪ ਹੈਗਾ, ਆਹ ਅਸਤੂਰ ਰੂਪ ਹੈਗਾ, ਇਹ ਜੰਮਿਆ ਇਹ ਮਰੇਗਾ, ਮੈਂ ਜੱਟ ਜੰਮਿਆ ਜੱਟ ਮਰੇਗਾ। ਤੇ ਇਹ ਸਿੱਖ ਦਾ ਕੋਈ ਵੀ ਨਹੀਂ ਮਰ ਸਕਦਾ, ਨਾ ਜੀਵ ਮਰ ਸਕਦਾ, ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ, ਕੁਛ ਨਹੀਂ ਮਰਦਾ। ਪੈਦਾ ਹੋਏ ਨੇ ਕੌਮਾਂ ਦੇ ਲੋਕ, ਪੈਦਾ ਉਹੀ ਮਰਨਗੇ। 1947 ਚ ਅਸੀਂ ਆਪਣੇ ਪਿੰਡ ਚਲੇ ਗਏ ਸੀਗੇ ਧਨੋਆ ਨੇ ਕਰ ਲਿਆ ਵੀ, ਤੇ ਉੱਥੇ ਦੇ ਰਾਏਆਂ ਨੇ ਸਾਡੇ 'ਤੇ ਹਮਲਾ ਕਰਨ ਦੀ ਕੀਤੀ ਕੋਸ਼ਿਸ਼। ਤੇ ਇੱਕ ਰਾਤ 2000 ਰਾਏ ਹਮਲਾ ਬਾਰੇ ਆ ਗਏ, ਕੁਦਰਤੀ ਉਹਨਾਂ ਜਿਹੜਾ ਲੀਡਰ ਸੀ ਜ਼ੈਲਦਾਰ, ਉਹ ਮੇਰੇ ਤਾਏ ਦਾ ਦੋਸਤ ਸੀਗਾ, ਉਹਨੇ ਉਹ ਮਰਾਸੀ ਨੂੰ ਕੱਢਿਆ ਸਾਡੇ ਪਿੰਡ, ਜਾਂ ਬੁਲਾ ਕੇ ਲਿਆ ਉਹਨੂੰ, ਅਤੇ ਨਾਲ ਫਾਦਰ ਚਲੇ ਗਏ ਦੋਨੋਂ ਜਣੇ। ਜਦੋਂ ਜ਼ੈਲਦਾਰ ਨੂੰ ਫਾਦਰ ਨੇ ਸਮਝਾਇਆ, ਕਿਸੇ ਜੱਟ ਜੰਮੇ ਆ ਜੱਟ ਮਰਾਂਗੇ, ਤੁਸੀਂ ਹੈਗੇ ਆ ਰਾਈ ਜੰਮੇ ਰਾਈ ਮਰੇ ਨੇ, ਅਤੇ ਜੇ ਕੋਈ ਦੁਸ਼ਮਣੀ ਆਪਣੇ ਕੌਮਾਂ 'ਚ ਹੈਗੀ ਨਾ ਕੱਢ ਲਈਏ, ਮੁਸਲਮਾਨ ਅਤੇ ਸਿੱਖ ਰੂਹ ਹੈਗੀ, ਇਹ ਜਿਸਮ ਨਹੀਂ ਹੈਗਾ। ਜਿਹਦਾ ਚੌਧਰੀ ਠੋਕਰ ਰੱਬ ਕਹਿੰਦਾ ਸੀ ਇਹ ਜਿਹੜਾ ਇਹ ਜੱਟ ਹੈਗਾ, ਜਿਹੜਾ ਮਜ਼ਹਬ ਹੈਗਾ ਇੱਕ ਕਮੀਜ਼ ਹੈਗੀ ਆ, ਜਿੱਦਾਂ ਕਮੀਜ਼ ਪਾਈ ਹੋਈ, ਅਤੇ ਇਹਨੂੰ ਤੁਸੀਂ ਚਾਰ ਦੇ ਇੱਕ ਜਿਵੇਂ ਚਾਰ ਵਾਲੀ ਬਦਲ ਲਵੋ, ਪਰ ਤੁਹਾਡਾ ਜਿਸਮ ਨਹੀਂ ਨਾ ਬਦਲਦਾ। ਉਹਨੇ ਸਾਰੇ ਜੱਟ ਇਕੱਠੇ ਕੀਤੇ ਹੋਏ ਸੀ, ਸਾਦਾ ਜੀ ਗੱਲ ਕਿਹਾ ਕਰਕੇ, ਅਤੇ ਜਦੋਂ ਉਹ ਰਾਏ ਨੂੰ ਸਮਝ ਪੈ ਗਈ, ਸ਼ਰਾਰਤ ਚੰਨੇ ਲਾਲੇ ਸੀ ਨਾ, ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ, ਲਾਲਾ ਮੁਹੰਮਦ ਅਲੀ ਜਿਹੜਾ ਬੱਬਲਾ ਭਾਟੀਆ, ਅਤੇ ਲਾਲਾ ਮੋਹਨਦਾਸ ਕਰਮਚੰਦ ਗਾਂਧੀ, ਮੈਂ ਉਹ ਤਿੰਨਾਂ ਲਾਲਿਆਂ ਦੀ ਸ਼ਰਾਰਤ ਸਮਝਾਈ, ਉਹਦੇ ਪੈ ਗਈ ਪੱਲੇ। ਅਤੇ ਉਹ ਕਹਿੰਦਾ ਦੋ ਹਜ਼ਾਰ ਜਿਹੜੇ ਆਏ ਸੀ ਹਮਲਾ ਕਰਨ ਮਾਰਨ, ਉਹਨਾਂ ਨੂੰ ਕਹਿੰਦੇ ਇਹ ਸਾਡੇ ਹੈਗੇ ਨੇ ਦੋਸਤ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ, ਇਹ ਸਾਡੇ ਮਹਿਮਾਨ ਹੈਗੇ ਨੇ। ਅਤੇ ਉਹਨਾਂ ਨੇ ਸਾਨੂੰ ਫਿਰ ਮਹਿਮਾਨਾਂ ਦੀ ਤਰ੍ਹਾਂ ਰੱਖ ਲਿਆ। ਇਹ ਹੈਗਾ ਪੱਕੇ ਪਿਓ ਦੀ ਹਿਫਾਜ਼ਤ, ਕੱਚਾ ਪਿਓ ਮੇਰਾ ਜੱਟ ਹੈਗਾ, ਜੇ ਤੁਸੀਂ ਕੱਚੇ ਪਿਓ ਦੇ ਬਣੋਗੇ, ਕੱਚਾ ਪਿਓ ਤੁਹਾਨੂੰ ਬਚਾਏਗਾ, ਜੇ ਤੁਸੀਂ ਪੱਕੇ ਪਿਓ ਦੇ ਬਣੋਗੇ ਉਹ ਕਿੰਨਾ ਕੁ ਬਚਾਏਗਾ। 2000 ਆਦਮੀ ਆਏ ਸੀ ਮਾਰਨ, ਉਹ ਇੱਕ ਨੰਬਰ ਦੇ ਦੋਸਤ ਬਣ ਕੇ ਚਲੇ ਗਿਆ। ਇਹ ਹੈਗਾ ਇਹਦੀ ਜਿਹੜਾ ਸ਼ਬਦ ਦੀ ਹੈਗੀ ਉਹ ਤਾਕਤ। ਇਹ ਸ਼ਬਦ ਹੈਗਾ ਕਿ ਸਿੱਖ ਨਾ ਜੰਮਿਆ ਨਾ ਮਰਿਆ, ਇਹ ਹੈਗਾ ਲੌਜੀਕਲ ਰੀਜਨਿੰਗ ਦਾ ਸੱਤ ਗੁਰ ਪ੍ਰਸਾਦ ਹੈਗਾ। ਇਹ ਸੱਤ ਦਾ ਗੁਰ ਦੱਸਿਆ ਉਹਨੂੰ, ਨਾਲੇ ਉਹਦਾ ਪ੍ਰਸਾਦ ਸੀਗਾ ਇਸ ਜੱਟਾਂ ਨੇ ਜਮਾਨਾ ਤੁਸੀਂ ਅਰਾਈਆਂ ਨੇ,
ਜੇ ਉਹ ਦੁਸ਼ਮਣ ਜੇ ਕੱਢ ਉਹ ਕਹਿੰਦੇ ਇਸ ਦਾ ਦੋਸਤ ਹੈਗੀ ਹੈ, ਇਹ ਉਹਦਾ ਪ੍ਰਸ਼ਾਦ ਹੈਗਾ, ਜਿਹੜਾ ਉਹਦਾ ਪ੍ਰਸ਼ਾਦ ਹੈਗਾ। ਤੁਸੀਂ ਪਾਪ ਬ੍ਰਹਮ ਦਾ ਮੂੰਹ ਦੇਖਦੇ ਆ ਕਿ ਉਹਦੇ ਸ਼ਬਦ ਹੈਗੇ ਨਾ, ਇਸ ਕਰਕੇ ਉਹਦੇ ਨਾਲ ਮਿਲਾਵਾ ਹੁੰਦਾ ਹੈਗਾ। ਇਸ ਕਰਕੇ ਬਾਣੀ ਚਾਹੁੰਦਾ ਸ਼ਬਦ ਮਿਲਾਵਾ ਹੋਵੇ, ਤੇ ਪਹਿਲਾ ਸਤਿਗੁਰੂ ਦੁਨੀਆਂ 'ਚ ਕ੍ਰਾਈਸਟ ਜੀਜੇ ਸੀਗਾ, ਕ੍ਰਾਈਸਟ ਨੂੰ ਸਤਿਗੁਰੂ ਕਹੀਦਾ ਹੈਗਾ, ਅਤੇ ਜੀਜੇ ਪਹਿਲਾਂ ਸੀਗਾ ਉੱਥੇ, ਜੇ ਹਰਿਮੰਦਰ ਪਹਿਲਾਂ ਜਰੂਰਤਮ ਸੀਗਾ, ਇਹਦੇ ਆਲੇ ਦੁਆਲੇ ਪਰਦਾ ਹੁੰਦਾ ਸੀ। ਇਹ ਹਰਿਮੰਦਰ ਜਿਹੜਾ ਹੈਗਾ ਇਹਨੂੰ ਕਹਿੰਦੇ ਨੇ ਓਰਲ ਟੋਰਾ, ਓਰਲ ਮੈਨਾ ਵੀ ਤੁਸੀਂ ਦੇਖ ਨਹੀਂ ਸਕਦੇ। ਇਹ ਹੈਗਾ ਜਿਹੜੀ ਕਿਤਾਬਾਂ ਦੀ ਹੈਗੀ ਨਾ, ਜਿਹੜੀ ਵੇਦ ਹੋਏ ਨਾ, ਵੇਦ ਅਤੇ ਕਿਤੇਬ ਅਤੇ ਬਾਈਬਲ ਕੁਛ ਵੀ ਹੋਵੇ, ਉਹਦੀ ਜਿਹੜੀ ਜੜ ਹੈਗੀ ਨਾ ਟਾਪ ਰੂਟ, ਉਹ ਹੈਗਾ ਓਰਲ ਟੋਰਾ ਹਿੰਦ ਵਰਲਡ। ਅਤੇ ਜਦੋਂ ਚੰਗੇ ਸੀ ਉਦੋਂ ਕਿਤਾਬਾਂ ਠੀਕ ਸੀਗੀਆਂ, ਜਦੋਂ ਲਾਲਚ ਆ ਗਿਆ ਵਿੱਚ ਫਿਰ ਉਹਨਾਂ ਨੇ ਹੇਰਾਫੇਰੀ ਸ਼ੁਰੂ ਕਰ ਦਿੱਤੀ ਅਤੇ ਪੈਸੇ ਲੁੱਟਣ ਲੱਗ ਪਏ ਲੋਕਾਂ ਦੀ। ਅਤੇ ਜੀਜੇ ਆਇਆ ਸੀ ਉਹਨਾਂ ਨੂੰ ਦੱਸਣ ਵੀ ਆਹ ਸੱਚ ਹੈਗਾ, ਅਤੇ ਉਹਨਾਂ ਨੂੰ ਝੂਠ ਚਾਹੀਦਾ ਸੀਗਾ, ਉਹਦੇ ਨਾਲ ਉਹਨਾਂ ਨੇ ਪੈਸੇ ਲੁੱਟਦੇ ਸੀਗੇ। ਝੂਠ ਜਿਹੜਾ ਹੈ ਉਹ ਕੂੜ, ਕੂੜ ਮਿੱਠਾ, ਕੂੜ ਮਾਖਿਓ ਮਿੱਠਾ, ਕੂੜ ਡੋਬੇ ਕੂੜ। ਅਤੇ ਕਊ ਕੂੜ ਹੈਗਾ ਵੀ ਜਦੋਂ ਇਹ ਜੀਵ ਜਿਸਮ ਦੇ ਬਣ ਜਾਂਦੇ ਨੇ, ਦਿਲ ਦਾ ਹੁੰਦਾ ਜੀਵ, ਹਿੰਦੂ ਸਿੱਖ ਮੁਸਲਮਾਨ ਜਿਸਮ ਦੇ ਬਣ ਜਾਂਦੇ ਨੇ, ਇੱਕ ਦੂਏ ਨੂੰ ਮਾਰਦੇ ਨੇ, ਅਤੇ ਅੱਜ ਹੁਣ ਮਰਨ ਦਾ ਉਹ ਬੜਾ ਵੱਡਾ ਪੈਗਾ ਲੋਕ ਧੁਆਰਾ, ਅਤੇ ਬਹੁਤ ਕੁਝ ਲੋਕ ਮਰਨਗੇ ਇੱਕ ਦੂਏ ਨੂੰ ਮਜ਼ਹਬ ਦੇ ਨਾਂ 'ਤੇ। ਜਿਹਦੇ ਕੋਲ ਸੱਤ ਹੋਏਗਾ ਨਾ, ਜਿਹਦੇ ਕੋਲ ਸੱਤ ਹੋਏਗਾ ਨਾ, ਉਹੀ ਉਹਨਾਂ ਨੂੰ ਸਮਝਾਏਗਾ, ਅਤੇ ਉਹ ਦੁਸ਼ਮਣ ਦੀ ਬਜਾਏ ਇੱਕ ਨੰਬਰ ਦੇ ਦੋਸਤ ਬਣ ਜਾਣਗੇ। ਇਹ ਹੈਗੀ ਇਹਦੇ 'ਚ ਤਾਕਤ ਸੱਤ ਹੈ। ਅਤੇ ਬਾਕੀ ਹੈਗਾ ਜਿਹੜਾ ਸੱਤ ਹੈਗਾ, ਇਹ ਹਰ ਇੱਕ ਨੂੰ ਨਹੀਂ ਮਿਲਦਾ, ਜਿਹੜੇ ਮਸਤਕ ਵਿੱਚ ਲਿਖਿਆ ਉਹਨੂੰ ਮਿਲਦਾ ਹੈਗਾ। ਕਰਮ ਹੋਣ ਤਾਂ ਸਤਿਗੁਰੂ ਪਾਈਏ, ਸਤਿਗੁਰੂ ਤੁਹਾਡੇ ਅੰਦਰ ਹੈਗਾ। ਇਸ ਜਿਹੜਾ ਨਾ ਆਹ ਹਰਿਮੰਦਰ ਹੈਗਾ, ਹਰਿਮੰਦਰ ਦਾ ਜਿਹੜਾ ਪੁਜਾਰੀ ਹੈਗਾ ਨਾ, ਉਹਨੂੰ ਕਹੀਦਾ ਸਤਿਗੁਰੂ ਜਾਂ ਉਹਨੂੰ ਕਹੀਦਾ ਕ੍ਰਾਈਸਟ। ਇਹੋ ਹੀ ਮੈਂ ਲਿਖਿਆ ਨਾ ਇਹਦੇ ਟੀ ਸ਼ਰਟ 'ਤੇ ਵੀ, ਨੋ ਕ੍ਰਾਈਸਟ ਇਨ ਯੋਰ ਹਾਰਟ, ਨੋ ਗੋਸਪਲ ਬਟ ਡੈਡ ਲੈਟਰ। ਇਹ ਕਿਤਾਬਾਂ ਪੜ੍ਹੀ ਜਾਂਦਾ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਗੇ ਨੇ, ਅਤੇ ਉਹਨਾਂ ਦੇ ਪੱਲੇ ਨਹੀਂ ਪੈ ਸਕਦਾ ਇਹ, ਜੋ ਉਹ ਪਹਿਲਾਂ ਹੀ ਉਹਨਾਂ ਦੇ ਜਿਹੜਾ ਪੇਟ ਵਿੱਚ ਉਹ ਕਿਤਾਬਾਂ ਬੜੀਆਂ ਹੋਈਆਂ ਨੇ। ਇਹਨੂੰ ਕਹਿੰਦੇ ਪੁਰਾਣੀ ਸ਼ਰਾਬ, ਉਹਦੇ ਨਾਲ ਰੱਜੇ ਹੋਏ ਨੇ। ਜਿਹੜਾ ਗੋਸਪਲ ਹੈ ਇਹਨੂੰ ਕਹਿੰਦੇ ਨਵੀਂ ਸ਼ਰਾਬ, ਉਹ ਉੱਪਰੋਂ ਨਹੀਂ ਲੈ ਸਕਦੇ, ਕਿਉਂ ਦੋਨੋਂ ਕੰਪੈਟੀਬਲ ਨਹੀਂ ਹੈਗੀਆਂ, ਇੱਕ ਦੂਜੇ ਨਾਲ ਉਹਨਾਂ ਦਾ ਮੇਲ ਨਹੀਂ ਹੈਗਾ। ਜਿਹੜੀ ਪੁਰਾਣੀ ਸ਼ਰਾਬ ਹੈਗੀ ਹਿੰਦੂ ਅਤੇ ਜੂ ਦੀ, ਪੰਡਿਤ ਜਿਹੜੇ ਹੈਗੇ ਨੇ ਉਹਦੀ ਹੋਮੇ ਉੱਚੀ ਕਰਦੇ ਨੇ, ਸਿੱਖ ਨੇ ਹੋਮੇ ਮਾਰਨੀ ਹੈਗੀ ਉਲਟੀ, ਇਹਨੂੰ ਕਹਿੰਦੇ ਉਲਟੀ ਪਈ। ਅਤੇ ਬਹੁਤ ਸਾਰਾ ਮੈਂ ਦੱਸ ਸਕਦਾ ਹੈਗਾ, ਅਤੇ ਜੇ ਕਿਸੇ ਨੇ ਦੇਖਣਾ ਮੇਰੀ ਵੀਡੀਓ ਦੇਖੋ, ਅਤੇ ਆਪ ਸੋਚੋ, ਜਦੋਂ ਆਪ ਸੋਚਣਾ ਸ਼ੁਰੂ ਕੀਤਾ ਫਿਰ ਤੁਹਾਨੂੰ ਹੋਰ ਸੁਰਤੀ ਹੋਰ ਸੁਰਤ ਕਮਾਓਗੇ। ਜੇ ਕਿਤਾਬਾਂ ਪੜ੍ਹ ਕੇ ਤੁਸੀਂ ਕਹੋ ਵੀ ਨੌਲੇਜ ਲੈ ਲਵਾਂ, ਕਿਤਾਬਾਂ 'ਚ ਜੋ ਲਿਖਿਆ ਉਹ ਦੁੱਧ ਹੈਗਾ, ਆਪ ਸੋਚੋਗੇ ਉਹ ਮੀਟ ਹੈਗਾ, ਯਾਨੀ ਕਿ ਮਾਸ ਹੈਗਾ। ਅਤੇ ਬਾਕੀ ਇਹ ਜਿਹੜਾ ਬਾਈਬਲ ਹੈਗਾ ਨਾ, ਜਿਹੜਾ ਨਿਊ ਟੈਸਟਮੈਂਟ ਪੜ੍ਹਨਾ ਚਾਹੀਦਾ, ਉਹਦਾ ਉਹਦੇ 'ਚ ਬਹੁਤ ਸਾਦਾ ਤਰੀਕੇ ਨਾਲ ਸਮਝਾਇਆ ਜੀਜੇ ਨੇ, ਜਿਹੜੀਆਂ ਚੀਜ਼ਾਂ ਆਦਿ ਗ੍ਰੰਥ 'ਚ ਹੈਗੀਆਂ ਨੇ, ਪ੍ਰੈਕਟੀਕਲ ਡੈਮੋਨਸਟ੍ਰੇਸ਼ਨ ਦੇ ਕੇ। ਅਤੇ ਜੇ ਉਹ ਪੜ੍ਹੋਗੇ, ਜਿੱਦਾਂ ਹੈਗਾ ਨਾ ਭਾਈ ਗੁਰਦਾਸ ਦੀਆਂ ਵਾਰਾਂ, ਉਹ ਜਿਸਮ ਦੇ ਉੱਤੇ ਹੈਗੀਆਂ, ਕੱਚੇ ਪਿਓ ਦੇ ਬਾਰੇ ਦੱਸਦੀਆਂ ਨੇ। ਕੱਚੇ ਪਿਓ ਦੀ ਸੁਰਤੀ ਹੋਏਗੀ ਤਦ ਫਿਰ ਤੁਸੀਂ ਪੱਕੇ ਪਿਓ ਦੀ ਆਏਗੀ,
ਇਸ ਤਰ੍ਹਾਂ ਜਿਹੜਾ ਭਾਈ ਗੁਰਦਾਸ ਦੀਆਂ ਵਾਰਾਂ ਜਾਣ ਗਿਆ ਨਾ, ਉਹ ਹੀ ਪੱਕੀ ਬਾਣੀ ਸਮਝੇਗਾ, ਕੱਚੀ ਬਾਣੀ ਪੱਕੀ ਬਾਣੀ। ਅਤੇ ਬਹੁਤ ਕੁਛ ਬੋਲ ਲਿਆ ਹੁਣ ਮੈਂ, ਅਤੇ ਤੁਹਾਨੂੰ ਹੋਰ ਦੇਖਣੇ ਤਾਂ ਮੇਰੇ ਵੀਡੀਓ ਦੇਖੋ।